अपने चैनल नू सब्सक्राइब करो अति हर नवी वीडियो देखने लई यूट्यूब दी ऐप विच बैल आइकन ते क्लिक करो। सत श्री अकाल दोस्तों, मैं हां सनमीत सिंह ते तुसी देख रहे हो पंजाबी रील दा ऑफिशियल यूट्यूब चैनल। सो जिन्ना जिन हजे तक अपना चैनल नहीं सब्सक्राइब किया जी, वो सब्सक्राइब जरूर कर दो, क्योंकि मैं इस चैनल ते दिना जी तुहानूं पंजाबी सिनेमा अपडेट्स, नाल दी नाल ही करदा जी ट्रेलर रिव्यूज, चाहे वह पंजाबी दे होण, चाहे हिंदी जां फिर इंग्लिश। सो जिन्हां ने अपना ऑलरेडी चैनल सब्सक्राइब कर दिता है जी, उहदे नाल इक बैल आइकन बनिया उहनूं जरूर प्रेस कर दो, क्योंकि जदों भी मैं कोई वीडियो बनावांगा तां तुहानूं अपने फोनां दे नाल दी नाल उहदी नोटिफिकेशन है जो कि मिलदी रहेगी, ते तुसीं मेरी कोई भी वीडियो मिस नहीं करोगे जी। सो अज जिहड़ा इक मैं ट्रेलर लैके आया जी, उहदा नाम हैगा आ कवेला। कवेला एक पंजाबी दा वर्ड है जी, इहदा मतलब हुंदा है लेट, यानी कि देर हो गई। जिदा आपां कहिंदे हुंदे सी कि पिंडां विच कहिंदे हुंदे सी कि बहुता कवेला ना करी, जां फिर बहुत कवेला हो गया, पंछी भी अपने आलणियां विच मुड़ चले आ, तुसीं वी वेले नाल टाइम सिर घरे पहुंच जाओ। क्योंकि कवेले तों पता नहीं लोकी क्यों डरदे आ जी, कवेला मतलब रात, हनेरा। सो हर्ब फार्मर इह जो फिल्म लैके आ रहे ने, सो सब नालों पहला आपां ट्रेलर देखांगे, फिर इस बारे आपां अगे जो इहदा रिव्यू करांगे। सो लेट्स स्टार्ट दिस वीडियो। लो जी, फोगिस्तान। इंज लगता है कि कोई भारी तूफान आ रहा है। गूढ़ गहरा मानस जात का खोटा खराब, नीला नीला ते चुप चुपान, फिल्म वाली जड़ी फीलिंग आ रही है। सब कुछ ठीक हो रहा है सी, ते होई होई ये सब अब समय में चुवा पड़ता है, ये सदेरे में रोकर दे रही सानू हले ने तो पीछे जी। सो ਇਹ ਸੀਗਾ ਜੀ ਟ੍ਰੇਲਰ, ਤੇ ਬੜੇ ਕਾਫੀ ਟਾਈਮ ਤੋਂ ਬਾਅਦ ਇੱਕ ਮੈਨੂੰ ਕੁਝ ਵੱਖਰਾ ਦੇਖਣ ਨੂੰ ਮਿਲਿਆ ਆਪਣੇ ਪੰਜਾਬੀ ਸਿਨੇਮਾ ਇੰਡਸਟਰੀ ਵਿੱਚ। ਨਹੀਂ ਤਾਂ ਸਿਰਫ ਆਪਾਂ ਲਵ ਮੂਵੀਜ਼, ਕਾਮੇਡੀ ਤੇ ਜਾਂ ਐਕਸ਼ਨ ਫਿਲਮਾਂ ਹੀ ਦੇਖਦੇ ਆਏ ਹਾਂ ਆਪਣੀ ਪੰਜਾਬੀ ਇੰਡਸਟਰੀ ਵਿੱਚ। ਸੋ ਪੀ ਟਾਊਨ ਵਿੱਚ ਇੱਕ ਨਵਾਂ ਕਨਸੈਪਟ, ਨਵੀਂ ਸਟੋਰੀ, ਨਵੇਂ ਢੰਗ ਦਾ ਸਕਰੀਨ ਪਲੇ, ਸਭ ਕੁਝ ਤੁਹਾਡੇ ਸਾਹਮਣੇ ਆ ਗਿਆ ਜੀ। ਸੋ ਹਰ ਫਾਰਮਰ ਵੀਰੇ ਨੂੰ ਬਹੁਤ ਬਹੁਤ ਮੁਬਾਰਕ ਹੈ ਇਸ ਲਈ ਕਿ ਉਹ ਕੁਝ ਨਵਾਂ ਲੈ ਕੇ ਆ ਰਹੇ ਨੇ ਇੰਡਸਟਰੀ ਵਿੱਚ। ਸੋ ਜਿਹੜੀ ਇਹ ਟ੍ਰੇਲਰ ਮੈਂ ਦੇਖਿਆ, ਜਿੱਥੋਂ ਤੱਕ ਮੈਨੂੰ ਲੱਗ ਰਿਹਾ ਕਿ ਇਹ ਟ੍ਰੇਲਰ ਹੋਰਰ ਲੱਗ ਰਿਹਾ, ਹਨਾ,
ਹੌਂਟਡ ਫਿਲਮਾਂ ਵਾਂਗੂ ਲੱਗ ਰਿਹਾ ਹੈ, ਪਰ ਥੋੜਾ ਸਾਈਕੋਲੋਜੀਕਲ ਟਾਈਪ ਦੀ ਮੈਨੂੰ ਇਹ ਫਿਲਮ ਲੱਗ ਰਹੀ ਹੈ, ਜਿੱਦਾਂ ਪੁਲਿਸ ਤੇ ਆਮ ਬੰਦੇ ਦੇ ਵਿੱਚ ਦੀ ਇਹ ਕਹਾਣੀ ਬਿਆਨ ਕਰ ਰਹੀ ਹੈ। ਤੇ ਲਾਈਕ ਜਿੱਦਾਂ ਮੇ ਬੀ ਸ਼ਾਇਦ 1984 ਦੇ ਜੋ ਦੰਗੇ ਹੋਏ ਸੀ ਉਸ ਵੇਲੇ ਨੂੰ ਕੁਝ ਡਿਫਾਈਨ ਕਰਦਾ ਕਨਸੈਪਟ ਹੋਵੇ, ਜਾਂ ਫਿਰ ਇਹ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਇਹਦੇ ਵਿੱਚ, ਜਾਂ ਫਿਰ ਮੇ ਬੀ ਇੱਕ ਪਰਸਨ ਹੋਏਗਾ ਉਹ ਥੋੜਾ ਜਿੱਦਾਂ ਸਾਈਕੋਲੋਜੀਕਲ ਟਾਈਪ ਹੋਵੇਗਾ ਤੇ ਉਹ ਆਪਣੇ ਮਨ ਵਿੱਚ ਜੋ ਸੋਚਦਾ ਹੈ ਜਾਂ ਫਿਰ ਉਹਨੂੰ ਕੁਝ ਦਿਖਦਾ ਹੈ, ਜਿੱਦਾਂ ਆਪਾਂ ਦੇਖਦੇ ਹੁੰਦੇ ਹਾਂ ਕਿ ਫਿਲਮਾਂ ਵਿੱਚ ਬੰਦੇ ਨੂੰ ਕੁਝ ਦਿਖਦਾ ਇੱਕ ਪਾਰਟੀਕੁਲਰ ਜਗ੍ਹਾ ਤੇ। ਸੋ ਮੇ ਬੀ ਇਹ ਕੁਝ ਇੱਦਾਂ ਹੀ ਪਿੰਡ ਦੇ ਛੱਪੜ ਵਗੈਰਾ ਤੇ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਮੇ ਬੀ ਕੁਝ ਹੋਏਗਾ ਇੱਕ ਖਾਸ ਪਰਸਨ ਨੂੰ ਲੈ ਕੇ ਜੋ ਸਟੋਰੀ ਉਹਦੇ ਇਰਦ ਗਿਰਦ ਘੁੰਮੇਗੀ। ਸੋ ਇਹਦੇ ਵਿੱਚ ਥੋੜੀ ਪੋਇਟਰੀ ਵੀ ਇਹਦੇ ਵਿੱਚ ਆਪਾਂ ਦੇਖੀ ਨਾ, ਸਟਾਰਟਿੰਗ ਵਿੱਚ ਕਾਲੀਆਂ ਇੱਟਾਂ ਕਾਲੇ ਰੰਗ ਮੇ ਬੀ ਮੈਨੂੰ ਯਾਦ ਨਹੀਂ ਆ ਰਿਹਾ। ਸੋ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਹੀਰੋ ਦੇਖਣ ਨੂੰ ਨਹੀਂ ਮਿਲ ਰਿਹਾ, ਨਾ ਕੋਈ ਹੀਰੋਇਨ ਦੇਖਣ ਨੂੰ ਮਿਲ ਰਹੀ ਹੈ। ਸੋ ਬੇਸਿਕਲੀ ਇਹ ਬੜਾ ਹੀ ਬ੍ਰਾਂਡ ਨਿਊ ਕਨਸੈਪਟ ਹੈ ਆਪਣੀ ਪੰਜਾਬੀ ਇੰਡਸਟਰੀ ਵਿੱਚ। ਸੋ ਮੈਂ ਤਾਂ ਜ਼ਰੂਰ ਦੇਖੂੰਗਾ ਇਹ ਫਿਲਮ, ਤੁਸੀਂ ਵੀ ਜ਼ਰੂਰ ਦੇਖਣੀ ਜੀ, ਕਿਉਂਕਿ ਇਹ ਇੱਕ ਤਰ੍ਹਾਂ ਦਾ ਰਿਸਕ ਲੈਣ ਵਾਲੀ ਗੱਲ ਹੀ ਹੈ। ਪਤਾ ਨਹੀਂ ਆਡੀਅੰਸ ਨੂੰ ਇਹ ਚੀਜ਼ ਪਸੰਦ ਆਵੇਗੀ ਜਾਂ ਨਹੀਂ ਆਏਗੀ, ਬਟ ਇੱਕ ਚੇਂਜ ਹੋਣਾ ਤਾਂ ਬਹੁਤ ਲਾਜ਼ਮੀ ਹੁੰਦਾ। ਸੋ ਇਹ ਚੇਂਜ ਹਰ ਫਾਰਮਰ ਲੈ ਕੇ ਆ ਰਹੇ ਨੇ ਤੇ ਆਪਾਂ ਦਿੰਦੇ ਹਾਂ ਜੀ ਇਸ ਟ੍ਰੇਲਰ ਨੂੰ 5 ਵਿੱਚੋਂ 4.5 ਸਟਾਰ। ਕਾਫੀ ਡਿਫਰੈਂਟ ਕਨਸੈਪਟ ਹੈ, ਮੈਂ ਤਾਂ ਬਹੁਤ ਐਕਸਾਈਟਡ ਹੋ ਰਿਹਾ ਫਿਲਮ ਦੇਖਣ ਨੂੰ। ਫਿਲਮ ਇਹ ਰਿਲੀਜ਼ ਹੋ ਰਹੀ ਹੈ ਜੀ, ਮੇਰੇ ਖਿਆਲ 31 ਮਾਰਚ ਨੂੰ ਫਿਲਮ ਜੋ ਰਿਲੀਜ਼ ਹੋ ਰਹੀ ਹੈ, ਤੁਸੀਂ ਜ਼ਰੂਰ ਜਾ ਕੇ ਦੇਖਿਓ। ਤੇ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਨੀਚੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਥੰਬਸ ਅਪ ਦੇਣਾ ਨਾ ਭੁੱਲਿਓ, ਬਿਕੋਜ਼ ਇਟਸ ਮੀਨਸ ਅ ਲੋਟ ਗਾਈਸ। ਤੇ ਏਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਜੀ, ਪਿਆਰ ਕਰਦੇ ਰਹੋ। ਫਿਰ ਮਿਲਦਾ ਤੁਹਾਨੂੰ ਮੈਂ ਕਿਸੇ ਹੋਰ ਵੀਡੀਓ ਦੇ ਰਿਵਿਊ ਦੇ, ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ। No, 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 no.